ਅਸੀਂ ਇੱਥੇ 12-12 13-13 ਸਾਲਾਂ ਤੋਂ ਨੌਕਰੀ ਕਰ ਰਹੇ ਹਾਂ 2500 ਰੁਪਏ ਤੇ 13-13 14-14 ਸਾਲ ਹੋ ਗਏ ਅਸੀਂ ਛੋਟੇ ਛੋਟੇ ਬੱਚੇ ਘਰੇ ਛੱਡ ਕੇ ਆਏ ਹਾਂ ਸਾਰੇ ਵਾਅਦੇ ਕਰਕੇ ਮੁੱਕਰ ਗਏ ਆ ਅੱਜ ਅਸੀਂ ਆਪਣੇ ਹੱਕ ਲੈਣ ਲਈ ਆਏ ਆ ਪ੍ਰਸ਼ਾਸਨ ਵੀ ਸਾਨੂੰ ਪਰੇਸ਼ਾਨ ਕਰ ਰਿਹਾ ਸਰਕਾਰਾਂ ਵੀ ਸਾਨੂੰ ਪਰੇਸ਼ਾਨ ਕਰ ਰਹੇ ਆ ਸਾਨੂੰ ਜਲੀਲ ਵੀ ਕਰ ਰਹੇ ਆ ਪ੍ਰਸ਼ਾਸਨ ਨਹੀਂ ਕਰ ਸਕਦਾ ਸੀ ਸਾਡੇ ਨਾਲ ਵਾਅਦੇ ਨਾ ਕਰਦਾ ਅਤੇ ਸਾਨੂੰ ਧਮਕੀਆਂ ਮਿਲ ਰਹੀਆਂ ਨੇ ਜੇਕਰ ਤੁਸੀਂ ਇੱਥੋਂ ਨਾ ਗਏ ਤਾਂ ਤੁਹਾਨੂੰ ਪੁਲਿਸ ਪ੍ਰਸ਼ਾਸਨ ਰਹੀਂ ਮਾਰ ਕੁੱਟ ਕਰਕੇ ਕੱਢਿਆ ਜਾਊਗਾ ਅਸੀਂ ਜੇਲ੍ਹਾਂ ਵਿੱਚ ਜਾਣ ਨੂੰ ਵੀ ਤਿਆਰ ਆ ਅਸੀਂ ਕੁੱਟ ਖਾਣ ਨੂੰ ਵੀ ਤਿਆਰ ਆ ਕਰੋ ਤੇ ਮਰੋ ਦੀ ਨੀਤੀ ਲੈ ਕੇ ਆਏ ਤੇ ਕਰਕੇ ਹੀ ਜਾਵਾਂਗੇ ਤੇ ਆਪਣੇ ਜੁਆਇਨਿੰਗ ਲੈਟਰ ਪੱਕੇ ਹੋ ਕੇ ਜਾਵਾਂਗੇ 12 ਸਾਲ ਨੌਕਰੀ ਤੇ ਇਹਨੂੰ ਹੋ ਗਏ ਹੁਣ ਤੱਕ ਇਹਨਾਂ ਦਾ ਪੁਲਿਸ ਪ੍ਰਸ਼ਾਸਨ ਨੂੰ ਗੇਟ ਤੋਂ ਠਾਲ ਰਿਹਾ ਪਹਿਲਾਂ ਸਾਨੂੰ ਨੌਕਰੀ ਤੋਂ ਕੱਢਿਆ ਉਹਨਾਂ ਦੀ ਤਾਂ ਇਹਨਾਂ ਨੂੰ ਆਸਣ ਤੱਕ ਦੀ ਸੋਚ ਹੋ ਗਈ ਵੀ ਉਹਨਾਂ ਨੇ ਕਰੇ ਜਾਣਾ ਅਸੀਂ ਮਹੀਨੇ ਤੋਰੇ ਬੈਠੇ ਆ ਸਾਡੀ ਇਹਨਾਂ ਨੂੰ ਕੋਈ ਸੋਚ ਨਹੀਂ ਸਾਡੇ ਨਾਲ ਜਿਹੜੇ ਸਾਡੇ ਕੁਝ ਸਾਥੀ ਦੋ ਜ਼ਿਲ੍ਹਿਆਂ ਦੇ ਵਿੱਚ ਸਾਡੇ ਕੰਟਰੈਕਟ ਰੱਦ ਕੀਤੇ ਗਏ ਨੇ ਅਸੀਂ ਉਦੋਂ ਤੱਕ ਇਹ ਗੇਟ ਨੂੰ ਨਹੀਂ ਖੋਲਾਂਗੇ ਜਦੋਂ ਤੱਕ ਸਾਡੀ ਮੰਗ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ मनरेगा कर्मचारी पिछले लंबे समय तो अपनी मंगा मनवाउण दे लई हड़ताल से चल रहे हैं इस वेले असीं विकास भवन खड़े हाँ जिथे कि पुलिस नूं भी विकास भवन के अंदर दाखिल नहीं होण दिता जा रहा ते तुसीं वेख सकदे हो तस्वीर तनावपूर्ण बनदियां नज़र आ रही ने लगातार जिहड़ी नारेबाजी वो मनरेगा कर्मचारी जिहड़े हड़ताल से बैठे ने उन्हां वल्लों कीती जा रही है तुहानूं दस दईए कि इन्हां नूं नौकरी तो बर्खास्त करन दे भी जिहड़े नोटिस जारी कर दिते गए ने ते इत्थे इक पासे पुलिस प्रशासन ते दूजे पासे जिहड़े प्रदर्शनकारी जिहड़े नारेबाजी कर रहे ने रोस प्रदर्शन कर रहे ने वेख सकदे हो तस्वीर विकास भवन दियां ने ते किस तरह जिहड़ा रोस प्रगटावा किया जा रहा है ते लगातार जिहड़ी अशांति बनाई रखण दी अपील की जा रही है मैडम की कहना चाहुंदे हो हां जी असीं मोगा तों हां असीं इत्थे 12-12 13-13 सालां तों नौकरी कर रहे हां 2500 रुपए ते 13-13 14-14 साल हो गए असीं छोटे छोटे बच्चे घरे छड्ड के आए होए आ सरकार सारे पिंडां दे विच विकास करवा के अज सानूं पक्का नहीं कर रही 14-14 15-15 साल हो गए 2500 रुपए तो गुजारा करना की सौखा साडी एफसी मैडम साडा मंत्री साडे प्रधानमंत्री सारे वादे करके मुकर गए आ अज असीं अपने हक लैण लई आए आ प्रशासन भी सानू परेशान कर रहा सरकारां भी सानू परेशान कर रहे सानू जलील भी कर रहे प्रशासन नहीं कर सकदा सी साडे नाल वादे ना करदा उदों वादे ना करदा कैप्टन जे साडे पूरे नहीं कर सकदे सी अज असीं हक लैके जावांगे करो या मरो दी नीति लैके आए आ मरांगे भी अज असीं ਪੁਲਿਸ ਨੂੰ ਵੀ ਅੰਦਰ ਨਹੀਂ ਆਣ ਦਿੱਤਾ ਜਾ ਰਿਹਾ ਪੁਲਿਸ ਨੂੰ ਵੀ ਅੰਦਰ ਨਹੀਂ ਵੜਨ ਦਿੱਤਾ ਜਾ ਰਿਹਾ ਕਾਰਨ ਸਾਡੇ ਅਸ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਨਹੀਂ ਦਿੱਕਤ ਹੈਗੀ ਪਰ ਸਾਡੇ ਨਾਲ ਸਾਥ ਨਹੀਂ ਦਿੱਤਾ ਜਾ ਰਿਹਾ ਅਸੀਂ ਕਿਸੇ ਨੂੰ ਅੰਦਰ ਨਹੀਂ ਵੜਨ ਦੇਵਾਂਗੇ ਵੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਰੋਸ ਪ੍ਰਗਟਾਵਾ ਕੀਤਾ ਜਾ ਰਿਹਾ ਤੇ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਵੀ ਖੜੇ ਨੇ ਤੇ ਦੂਜੇ ਪਾਸੇ ਜਿਹੜਾ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਮੰਗਾਂ ਨੇ ਮੈਡਮ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰ ਜਿਵੇਂ ਵੀ ਅੱਜ ਸਾਡੇ ਨਾਲ ਜੋ ਸਾਨੂੰ ਟਰਮੀਨੇਟ ਦੀਆਂ ਲੈਟਰਾਂ ਦਿੱਤੀਆਂ ਗਈਆਂ ਨੇ ਉਹਨਾਂ ਦੇ ਖਿਲਾਫ ਅਸੀਂ ਅੱਜ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਏ ਆ ਅਸੀਂ ਵੀ ਆਪਣੇ ਬੱਚੇ ਮਾਂ ਪਿਓ ਘਰ ਛੱਡ ਕੇ ਆਏ ਆ ਪਰ ਤੁਸੀਂ ਦੇਖ ਸਕਦੇ ਹੋ 1888 ਪਰਿਵਾਰ ਨੇ ਜਿਹੜੇ ਉਹ ਆਪਣੇ ਰੋਜ਼ਗਾਰ ਇੱਕ ਪਾਸੇ ਕਹਿੰਦੇ ਨੇ ਘਰ ਘਰ ਰੋਜ਼ਗਾਰ ਇੱਕ ਪਾਸੇ ਸਾਡੇ ਜੋ ਨੌਜਵਾਨਾਂ ਦਾ ਰੋਜ਼ਗਾਰ ਖੋਇਆ ਗਿਆ ਅਸੀਂ ਇੱਥੇ ਕਰੋ ਜਾਂ ਮਰੋ ਦੀ ਨੀਤੀ ਲੈ ਕੇ ਆਏ ਤਾਂ ਬੇਸ਼ੱਕ ਸਾਨੂੰ ਜੇ ਜੇਲ੍ਹਾਂ ਵਿੱਚ ਵੀ ਜਾਣਾ ਪਵੇ ਅਸੀਂ ਜੇਲ੍ਹਾਂ 'ਚ ਜਾਣ ਨੂੰ ਵੀ ਤਿਆਰ ਹਾਂ 1888 ਜਿਹੜੇ ਅਸੀਂ ਪਰਿਵਾਰਾਂ ਦਾ ਰੋਜ਼ਗਾਰ ਗਿਆ ਹੈ ਅੱਜ ਅਤੇ ਸਾਨੂੰ ਧਮਕੀਆਂ ਮਿਲ ਰਹੀਆਂ ਨੇ ਜੇਕਰ ਤੁਸੀਂ ਇੱਥੋਂ ਨਾ ਗਏ ਤਾਂ ਤੁਹਾਨੂੰ ਪੁਲਿਸ ਪ੍ਰਸ਼ਾਸਨ ਰਹੀ ਮਾਰ ਕੁੱਟ ਕਰਕੇ ਕੱਢਿਆ ਜਾਊਗਾ ਅਸੀਂ ਜੇਲ੍ਹਾਂ ਵਿੱਚ ਜਾਣ ਨੂੰ ਵੀ ਤਿਆਰ ਆ ਅਸੀਂ ਕੁੱਟ ਖਾਣ ਨੂੰ ਵੀ ਤਿਆਰ ਆ ਕਰੋ ਤੇ ਮਰੋ ਦੀ ਨੀਤੀ ਲੈ ਕੇ ਆਏ ਤੇ ਕਰਕੇ ਹੀ ਜਾਵਾਂਗੇ ਤੇ ਆਪਣੇ ਜੁਆਇਨਿੰਗ ਲੈਟਰ ਪੱਕੇ ਹੋ ਕੇ ਜਾਵਾਂਗੇ ਇਹ ਸਾਡਾ ਪੱਕਾ ਜਜ਼ਬਾ ਹੈ ਵੇਖ ਸਕਦੇ ਹੋ ਤਸਵੀਰਾਂ ਕਿਸ ਤਰ੍ਹਾਂ ਜਿਹੜਾ ਵਿਕਾਸ ਭਵਨ ਵਿਖੇ ਲਗਾਤਾਰ ਰੋਸ ਪ੍ਰਗਟਾਵਾ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਪੰਜਾਬ ਸਰਕਾਰ ਖਿਲਾਫ ਇਹ ਰੋਸ ਧਰਨਾ ਦਿੱਤਾ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਹੜਤਾਲ ਮਨਰੇਗਾ ਕਰਮਚਾਰੀਆਂ ਦੀ ਜਾਰੀ ਹੈ ਜੋ ਨੋਟਿਸ ਇਹਨਾਂ ਖਿਲਾਫ ਕੱਢਿਆ ਗਿਆ ਉਹ ਇਹ ਹੈ ਕਿ ਨੌਕਰੀ ਤੋਂ ਬਰਖਾਸਤ ਕਰਨ ਦੇ ਜਿਹੜੇ ਨੋਟਿਸ ਵੀ ਜਾਰੀ ਕਰ ਦਿੱਤੇ ਗਏ ਨੇ ਜਿਸ ਨੂੰ ਲੈ ਕੇ ਅੱਜ ਜਿਹੜਾ ਰੋਸ ਪ੍ਰਦਰਸ਼ਨ ਰੋਸ ਪ੍ਰਗਟਾਵਾ ਜਿਹੜਾ ਮਨਰੇਗਾ ਕਰਮਚਾਰੀਆਂ ਵੱਲੋਂ ਕੀਤਾ ਜਾ ਰਿਹਾ ਤੇ ਲਗਾਤਾਰ ਇਸੇ ਤਰ੍ਹਾਂ ਇਹ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਰੋਸ ਪ੍ਰਗਟਾਇਆ ਜਾ ਰਿਹਾ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਜਿਹੜਾ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ ਤੇ ਅੰਦਰ ਜਾ ਕੇ ਵੀ ਗੱਲ ਕਰਾਂਗੇ ਕੀ ਕੁਝ ਜਿਹੜਾ ਇਹਨਾਂ ਦਾ ਕਹਿਣਾ ਹੈ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਰੋਸ ਪ੍ਰਗਟਾਵਾ ਨਾਰੇਬਾਜ਼ੀ ਲਗਾਤਾਰ ਕੀਤੀ ਜਾ ਰਹੀ ਹੈ ਤੇ ਜਿਹੜਾ ਰੋਸ ਪ੍ਰਗਟਾਵਾ ਇਹਨਾਂ ਦਾ ਕੀਤਾ ਜਾ ਰਿਹਾ ਹਾਂਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਨੌਕਰੀ ਦਾ ਬਰਖਾਸਤ ਵੀਰ ਜੀ ਸਾਡੀ ਸਾਰੀ ਜਵਾਨੀ ਗਾਲਤੀ ਇਹਨਾਂ ਨੇ ਉਰੇ 12 ਸਾਲ ਨੌਕਰੀ ਤੇ ਇਹਨੂੰ ਹੋ ਗਏ ਹੁਣ ਤੱਕ ਇਹਨਾਂ ਪੁਲਿਸ ਪ੍ਰਸ਼ਾਸਨ ਨੂੰ ਗੇਟ ਤੋਂ ਠਾਲ ਰਿਹਾ ਪਹਿਲਾਂ ਸਾਨੂੰ ਨੌਕਰੀ ਤੋਂ ਕੱਢਿਆ ਉਹਨਾਂ ਦੀ ਤਾਂ ਇਹਨਾਂ ਨੂੰ ਆਸਣ ਤੱਕ ਦੀ ਸੋਚ ਹੋ ਗਈ ਵੀ ਉਹਨਾਂ ਨੇ ਕਰੇ ਜਾਣਾ ਅਸੀਂ ਮਹੀਨੇ ਤੋਰੇ ਬੈਠੇ ਹਾਂ ਸਾਡੀ ਇਹਨਾਂ ਨੂੰ ਕੋਈ ਸੋਚ ਨਹੀਂ
ਉਹਦੇ ਧੱਕੇ ਸਹੀ ਗੱਲ ਕਹਿਣਾ ਸਹੀ ਠਾ ਲਿਆ ਹੁਣ ਫਿਰ ਠਾ ਲੇ ਸਾਡੇ ਬੰਦੇ ਉੱਪਰ ਚੜ ਰਹੇ ਨੇ ਛਾਲਾ ਮਾਰਾਂਗੇ ਛਾਲਾ ਮਾਰਾਂਗੇ ਅਸੀਂ ਜੇ ਸਾਨੂੰ ਬਹਾਲ ਕਰਨਗੇ ਪੱਕੇ ਕਰਨਗੇ ਤਾਂ ਠੀਕ ਆ ਨਹੀਂ ਮਨ ਤੋਂ ਬਿਨਾਂ ਕੋਈ ਚੀਜ਼ ਮਨਜ਼ੂਰ ਨਹੀਂ ਵੀਰੇ ਤੁਸੀਂ ਕੀ ਅਪੀਲ ਕਰਦੇ ਹੋ ਜੀ ਪ੍ਰਦਰਸ਼ਨਕਾਰੀਆਂ ਨੂੰ ਤੁਸੀਂ ਕੀ ਅਪੀਲ ਕਰਦੇ ਹੋ ਅਸੀਂ ਕਹਿ ਰਹੇ ਵੀ ਇਹਨਾਂ ਨੂੰ ਬੰਦੀਆਂ ਬਣਾਉਣ ਕਿਸੇ ਵੀ ਸਟਾਫ ਨੂੰ ਵੀ ਗੇਟ ਨਾ ਬੰਦ ਕਰਕੇ ਬੈਠਣ ਆਪਣਾ ਪ੍ਰਦਰਸ਼ਨ ਸ਼ਾਂਤੀਮਈ ਢੰਗ ਨਾਲ ਕਰੀ ਜਾਣ ਅਸੀਂ ਇਸ ਗੱਲ ਤੋਂ ਰੋਕਦੇ ਨਹੀਂ ਪਏ ਉਹਨਾਂ ਨੂੰ ਵੇਖ ਸਕਦੇ ਹੋ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਨ ਦੇ ਲਈ ਅਪੀਲ ਕੀਤੀ ਜਾ ਰਹੀ ਹੈ ਵਿਕਾਸ ਭਵਨ ਦੀਆਂ ਉਹ ਛੱਤ ਦੀਆਂ ਤਸਵੀਰਾਂ ਵੇਖ ਸਕਦੇ ਹੋ ਬਿਲਡਿੰਗ ਦੇ ਉੱਤੇ ਜਿਹੜੇ ਮਨਰੇਗਾ ਕਰਮਚਾਰੀ ਪ੍ਰਦਰਸ਼ਨਕਾਰੀ ਪਹੁੰਚ ਚੁੱਕੇ ਨੇ ਰੋਸ ਪ੍ਰਦਰਸ਼ਨ ਲਗਾਤਾਰ ਇਹਨਾਂ ਦਾ ਜਾਰੀ ਹੈ ਮੰਗਾਂ ਸਾਫ ਨੇ ਕੀ ਆ ਇਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਤੇ ਆਪਣਾ ਇਹ ਧਰਨਾ ਖਤਮ ਕਰਨਗੇ ਆਪਣੀ ਜਿਹੜੀ ਹੜਤਾਲ ਖਤਮ ਕਰਨਗੇ ਤੁਹਾਨੂੰ ਦੱਸ ਦਈਏ ਕਿ ਨੌਕਰੀ ਤੋਂ ਬਰਖਾਸਤ ਕਰਨ ਦੇ ਨੋਟਿਸ ਜਾਰੀ ਕਰ ਦਿੱਤੇ ਗਏ ਸੀ ਜਿਸ ਤੋਂ ਬਾਅਦ 1888 ਪਰਿਵਾਰ ਨੇ ਜਿਹੜੇ ਇੱਥੇ ਇਕੱਠੇ ਹੋਏ ਨੇ ਤੇ ਨਾਲ ਬੱਚਿਆਂ ਨੂੰ ਵੀ ਲੈ ਕੇ ਆਏ ਨੇ ਤੇ ਇਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਸਰਕਾਰ ਵੱਲੋਂ ਮੰਨੀਆਂ ਨਹੀਂ ਜਾ ਰਹੀਆਂ ਇਸ ਕਰਕੇ ਜਿਹੜਾ ਰੋਸ ਧਰਨਾ ਦਿੱਤਾ ਜਾ ਰਿਹਾ ਵਿਕਾਸ ਭਵਨ 6 ਫੇਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸਿੱਧਾ ਗਰਾਊਂਡ ਜ਼ੀਰੋ ਤੋਂ ਸਾਂਝਾ ਟੀਵੀ ਰਾਹੀਂ ਤੁਸੀਂ ਪਲ ਪਲ ਦੀ ਜਿਹੜੀ ਖਬਰ ਹੈ ਤੁਹਾਡੇ ਤੱਕ ਪਹੁੰਚਾਈ ਜਾ ਰਹੀ ਹੈ ਕਿਸ ਤਰ੍ਹਾਂ ਜਿਹੜਾ ਰੋਸ ਪ੍ਰਦਰਸ਼ਨ ਇਹਨਾਂ ਵੱਲੋਂ ਕੀਤਾ ਜਾ ਰਿਹਾ ਅਤੇ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਲਗਾਤਾਰ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਅਤੇ ਜਿਹੜਾ ਮਾਹੌਲ ਹੈ ਮਾਹੌਲ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਤਣਾਅਪੂਰਨ ਬਣ ਸਕਦਾ ਕਿਸੇ ਵੇਲੇ ਵੀ ਅਤੇ ਜਿਹੜਾ ਹੱਥਾਂ ਦੇ ਵਿੱਚ ਤਖਤੀਆਂ ਫੜੀਆਂ ਹੋਈਆਂ ਨੇ ਝੰਡੇ ਫੜੇ ਹੋਏ ਨੇ ਕਾਲੇ ਝੰਡੇ ਹੱਥਾਂ ਦੇ ਵਿੱਚ ਨੇ ਅਤੇ ਰੋਸ ਪ੍ਰਗਟਾਇਆ ਜਾ ਰਿਹਾ ਇਸ ਟੱਪਦੀ ਧੁੱਪ ਦੇ ਵਿੱਚ ਕਿਸ ਤਰ੍ਹਾਂ ਲਗਾਤਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਵੇਖ ਸਕਦੇ ਹੋ ਸੋਹਾ ਖਾ ਕੇ ਮੁਕਰਨ ਵਾਲੀ ਸਰਕਾਰ ਮੁਰਦਾਬਾਦ ਦੇ ਜਿਹੜੇ ਪੋਸਟਰ ਇਹਨਾਂ ਦੇ ਹੱਥਾਂ ਦੇ ਵਿੱਚ ਨਜ਼ਰ ਆ ਰਹੇ ਨੇ ਅਤੇ ਜਿਹੜਾ ਰੋਸ ਹੈ ਚਿਹਰਿਆਂ ਦੇ ਉੱਤੇ ਰੋਸ ਵੇਖਿਆ ਜਾ ਸਕਦਾ ਕਿਸ ਤਰ੍ਹਾਂ ਜਿਹੜਾ ਰੋਸ ਇਹਨਾਂ ਦਾ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਅੱਜ ਨਹੀਂ ਅਸੀਂ ਬਹੁਤ ਦੁਖੀ ਹਾਂ ਉਹਨਾਂ ਦੇ ਇਹ ਫੈਸਲੇ ਤੋਂ ਜੋ ਸਾਡੀ ਸਟੇਟ ਕਮੇਟੀ ਦਾ ਫੈਸਲਾ ਉਹਦੇ ਤੇ ਅਸੀਂ ਇਹ ਕਰ ਰਹੇ ਅਸੀਂ ਪਿਛਲੇ 12 ਸਾਲਾਂ ਤੋਂ ਕੰਟਰੈਕਟ ਦੇ ਮਨਰੇਗਾ ਸਕੀਮ ਅਧੀਨ ਕੰਮ ਕਰ ਰਹੇ ਹਾਂ ਸਾਨੂੰ ਸਰਕਾਰ ਵਾਰ ਵਾਰ ਜਲੀਲ ਤਪਣਾ ਕਰ ਰਹੀ ਹੈ ਸਾਡੇ ਨਾਲ ਜਿਹੜੇ ਸਾਡੇ ਕੁਝ ਸਾਥੀ ਦੋ ਜ਼ਿਲ੍ਹਿਆਂ ਦੇ ਵਿੱਚ ਸਾਡੇ ਕੰਟਰੈਕਟ ਰੱਦ ਕੀਤੇ ਗਏ ਨੇ ਅਸੀਂ ਉਦੋਂ ਤੱਕ ਇਹ ਗੇਟ ਨੂੰ ਨਹੀਂ ਖੋਲਾਂਗੇ ਜਦੋਂ ਤੱਕ ਸਾਡੀ ਮੰਗ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਜੇ ਤਾਂ ਸਾਨੂੰ ਮਾਰ ਕੇ ਇੱਥੋਂ ਲੈ ਕੇ ਜਾਣਗੇ ਜਾਂ ਫਿਰ ਅਸੀਂ ਇੱਥੋਂ ਜਿੱਤ ਕੇ ਜਾਵਾਂਗੇ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਰੋਸ ਹੈ ਇਹਨਾਂ ਦਾ ਰੋਸ ਪ੍ਰਗਟਾਇਆ ਜਾ ਰਿਹਾ ਹੈ ਕਿਹਾ ਜਾ ਰਿਹਾ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਅਸੀਂ ਇਸੇ ਤਰ੍ਹਾਂ ਜਿਹੜਾ ਵਿਕਾਸ ਭਵਨ ਦਾ ਗੇਟ ਹੈ ਮੱਲ ਕੇ ਬੈਠਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਇਸੇ ਤਰ੍ਹਾਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਜਿਹੜਾ ਵਿਭਾਗ ਵੱਲੋਂ ਮਨਰੇਗਾ ਵਿਭਾਗ ਵੱਲੋਂ ਮਨਰੇਗਾ ਸਕੀਮ ਤਹਿਤ ਜਿਹੜਾ ਵਿਅਕਤੀ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕਰਦਾ ਉਸ ਖਿਲਾਫ ਨੋਟਿਸ ਜਾਰੀ ਕਰ ਦਿੱਤਾ ਜਾਂਦਾ ਅਤੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਹੈ ਉਸੀ ਸਕੀਮ ਤਹਿਤ ਜਿਹੜੇ ਮਨਰੇਗਾ ਕਰਮਚਾਰੀ ਧਰਨੇ 'ਤੇ ਬੈਠੇ ਸੀ ਹੜਤਾਲ 'ਤੇ ਬੈਠੇ ਸੀ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਦਾ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਜਿਸ ਤੋਂ ਬਾਅਦ ਵਿਕਾਸ ਭਵਨ ਦੀਆਂ ਤਸਵੀਰਾਂ ਤੁਸੀਂ ਵੇਖੀਆਂ ਕਿਸ ਤਰ੍ਹਾਂ ਜਿਹੜਾ ਰੋਸ ਪ੍ਰਗਟਾਵਾ ਕੀਤਾ ਗਿਆ ਅਤੇ ਛੱਤ ਦੀਆਂ ਤਸਵੀਰਾਂ ਵੀ ਦਿਖਾ ਦਿੰਦੇ ਹਾਂ ਉੱਥੇ ਵੀ ਆ ਜਿਹੜੇ ਮਨਰੇਗਾ ਕਰਮਚਾਰੀ ਨੇ ਉਹ ਪਹੁੰਚ ਚੁੱਕੇ ਨੇ ਅਤੇ ਹੱਥਾਂ ਦੇ ਵਿੱਚ ਝੰਡੇ ਨੇ ਅਤੇ ਲਗਾਤਾਰ ਜਿਹੜਾ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਲਗਾਤਾਰ ਹੀ ਜਿਹੜੀ ਨਾਅਰੇਬਾਜ਼ੀ ਹੈ ਸੁਣਨ ਨੂੰ ਮਿਲ ਰਹੀ ਹੈ ਅਤੇ ਜਿਹੜੀ ਇਹਨਾਂ ਦੀ ਗੱਲ ਇਹ ਹੈ ਕਿ ਜਦੋਂ ਤੱਕ ਇਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਇਸੇ ਤਰ੍ਹਾਂ ਹੀ ਹੈ ਇਹ ਵਿਕਾਸ ਭਵਨ ਦਾ ਜਿਹੜਾ ਗੇਟ ਮੱਲ ਕੇ ਬੈਠਣਗੇ ਇਸੇ ਤਰ੍ਹਾਂ ਇਹ ਰੋਸ ਪ੍ਰਦਰਸ਼ਨ ਜਾਰੀ ਰਹੇਗਾ ਕੈਮਰਾਮੈਨ ਅਵਿਨੇ ਦੇ ਨਾਲ ਸਤਵਿੰਦਰ ਰੰਧਾਵਾ ਸਾਂਝਾ ਟੀਵੀ ਮੋਹਾਲੀ ਪਲੀਜ਼ ਸਬਸਕ੍ਰਾਈਬ ਆਵਰ ਚੈਨਲ ਐਂਡ ਪ੍ਰੈਸ ਦਾ ਬੈਲ ਆਈਕਨ ਤਾਂ ਕਿ ਕੋਈ ਵੀ ਨਵੀਂ ਅਪਡੇਟ ਤੁਸੀਂ ਬਿਲਕੁਲ ਵੀ ਮਿਸ ਨਾ ਕਰੋ